7 ਲੱਖ ਰੁਪਏ ਦੇਣੇ ਦਿੰਦੇ ਕਿਉਂ ਨੀ ਬੰਦੇ ਦਾ? ਪੈਸੇ ਦੇਣ ਲੱਗਿਆ ਪਰ ਮੈਂ ਆਪਣਾ ਕਮਿਸ਼ਨ ਲੈ ਲੈਣਾ। ਅੱਛਾ ਠੀਕ ਆ ਠੀਕ ਆ, ਦੇ ਰਿਹਾ 7 ਲੱਖ। ਅੱਛਾ ਗੱਲ ਸੁਣ, 7 ਲੱਖ ਤੋਂ ਬੰਦੇ ਦਾ ਦੇਣਾ ਪਲੱਸ 25,000 ਰੁਪਏ ਉੱਤੇ ਹੋਰ ਲੱਗਣਾ। ਜਿਹੜਾ ਤੁਹਾਨੂੰ ਖੱਜਲ ਖਰਾਬ ਕੀਤਾ ਤਾਂ ਉਹਦਾ ਪੈਸਾ ਮਾਰਿਆ। 25 ਆਪਾਂ ਰੱਖ ਲਾਂਗੇ ਨਾ, 7 ਤੋਂ ਅਗਲੇ ਦਵਾਨੇ, ਨਾਲੇ 25 ਉਹ ਰੱਖ ਲਾਂਗੇ ਤੇ ਵਿੱਚੋਂ 7 ਚੋਂ ਵੀ ਇਹਨਾਂ ਤੋਂ 30-40 ਹੋਰ ਲੈ ਲਾਂਗੇ। ਆਹੋ ਆ ਇਹੀ ਇਹੀ ਬਿਜ਼ਨਸ ਸਭ ਤੋਂ ਵਧੀਆ। ਠੀਕ ਆ, ਮਿਲਦੇ ਆ ਫਿਰ, ਓਕੇ। ਪੰਜਾਬ ਦੇ ਲੁਧਿਆਣਾ ਦੇ ਵਿੱਚ ਪਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ਦੇ ਵਿੱਚ ਔਰਤ ਨੇ ਪੁਲਿਸ ਨੂੰ ਫੋਨ ਦੀ ਰਿਕਾਰਡਿੰਗ ਤੱਕ ਪੇਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਪਾਨਾ ਸਿੱਧੂ ਖਿਲਾਫ਼ ਧਾਰਾ 384 IPC ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀ ਚੌਂਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ। ਕਈ ਵਾਰ ਜਦੋਂ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਉਹਨਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ। ਉੱਧਰ ਹੀ ਪਾਨਾ ਸਿੱਧੂ ਦੀ ਗੱਲ ਕਰੀਏ ਤਾਂ ਅਕਸਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਸਾਰੇ ਮਸਲੇ 'ਤੇ ਹੁਣ ਨੈਨਸੀ ਗਰੇਵਾਲ ਚੁਟਕੀ ਲੈਂਦੀ ਹੋਈ ਨਜ਼ਰ ਆ ਰਹੀ ਹੈ। ਜੀ ਹਾਂ, ਇਸ ਪੂਰੇ ਮਾਮਲੇ ਦੇ ਉੱਤੇ ਨੈਨਸੀ ਗਰੇਵਾਲ ਨੇ ਚੁਟਕੀ ਲਈ। ਉਸਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਪਾਨਾ ਸਿੱਧੂ ਉੱਤੇ ਹੋਈ ਇਸ FIR ਬਾਰੇ ਦੱਸਦੀ ਹੈ ਅਤੇ ਖੂਬ ਖਰੀਆਂ ਖਰੀਆਂ ਸੁਣਾਉਂਦੀ ਹੈ ਕਿ ਕਿਵੇਂ ਪਾਨਾ ਸਿੱਧੂ ਲੋਕਾਂ ਤੋਂ ਪੈਸੇ ਦਿਵਾਉਣ ਦੇ ਮਾਮਲੇ ਦੇ ਵਿੱਚ ਖੁਦ ਕਮਿਸ਼ਨ ਲੈਂਦਾ ਤੇ ਧਮਕਾਉਂਦਾ ਵੀ ਹੈ। ਕੀ ਇਹ ਪੂਰਾ ਮਾਮਲਾ ਅਤੇ ਉਸਨੇ ਇਸ ਵੀਡੀਓ ਦੇ ਵਿੱਚ ਕੀ ਕਿਹਾ, ਤੁਸੀਂ ਵੀ ਸੁਣੋ। ਇੱਕ ਵਾਰ ਫੋਨ ਲੱਗ ਜੇ ਇਹਨੂੰ, ਮੈਂ ਦੱਸਦੀ ਹਾਂ ਆਪਣੀ ਗੁੰਡਾਗਰਦੀ ਤੇ ਬਦਮਾਸ਼ੀ ਕਿੱਦਾਂ ਨੀ ਪੈਸੇ ਦਿੰਦਾ ਹੈ। ਨਾਲੇ ਪੈਸੇ ਕਢਾ ਕੇ ਦਊਂਗੀ ਲੋਕਾਂ ਦੇ ਤੇ ਨਾਲੇ ਕਮਿਸ਼ਨ ਲਊਂਗੀ ਵਿੱਚ ਆਪਣਾ। ਅਬ ਹੈਲੋ, ਯਾ ਹਾਂਜੀ, ਮੈਂ ਹਾਂਜੀ ਪਾਨਾ ਸਿੱਧੂ ਗੁੰਡਾ ਬੋਲਦਾ ਮੈਂ। ਹਾਂਜੀ, ਤੂੰ 7 ਲੱਖ ਰੁਪਏ ਦੇਣੇ ਦਿੰਦੇ ਕਿਉਂ ਨੀ ਬੰਦੇ ਦਾ? ਤੈਨੂੰ ਪਤਾ ਨੀ ਮੈਂ ਘਰ ਆ ਕੇ ਤੇਰੇ ਧਰਨੇ ਲਾ ਦੂੰ, ਤੈਨੂੰ ਚੱਕ ਕੇ ਲੈ ਜਾਊਂਗਾ ਘਰੋਂ। ਭਾਜੀ ਕੰਮ ਹੋ ਗਿਆ, ਪੈਸੇ ਦੇਣ ਲੱਗਿਆ ਪਰ ਮੈਂ ਆਪਣਾ ਕਮਿਸ਼ਨ ਲੈ ਲੈਣਾ। ਅੱਛਾ ਠੀਕ ਆ ਠੀਕ ਆ, ਦੇ ਰਿਹਾ 7 ਲੱਖ। ਅੱਛਾ ਗੱਲ ਸੁਣ, 7 ਲੱਖ ਤੋਂ ਬੰਦੇ ਦਾ ਦੇਣਾ ਪਲੱਸ 25,000 ਰੁਪਏ ਉੱਤੇ ਹੋਰ ਲੱਗਣਾ। ਜਿਹੜਾ ਤੁਹਾਨੂੰ ਖੱਜਲ ਖਰਾਬ ਕੀਤਾ ਤਾਂ ਉਹਦਾ ਪੈਸਾ ਮਾਰਿਆ। 25 ਆਪਾਂ ਰੱਖ ਲਾਂਗੇ ਨਾ, 7 ਤੋਂ ਅਗਲੇ ਦਵਾਨੇ, ਨਾਲੇ 25 ਉਹ ਰੱਖ ਲਾਂਗੇ ਤੇ ਵਿੱਚੋਂ 7 ਚੋਂ ਵੀ ਇਹਨਾਂ ਤੋਂ 30-40 ਹੋਰ ਲੈ ਲਾਂਗੇ। ਆਹੋ ਆ ਇਹੀ ਇਹੀ ਬਿਜ਼ਨਸ ਸਭ ਤੋਂ ਵਧੀਆ। ਠੀਕ ਆ, ਮਿਲਦੇ ਆ ਫਿਰ, ਓਕੇ। ਹੋਰ ਅੱਛਾ ਠੀਕ ਆ ਠੀਕ ਆ ਠੀਕ ਆ, ਫੋਨ ਵੱਜ ਰਿਹਾ। ਹੈਲੋ, ਅੱਛਾ ਸਰ ਮੈਨੇ ਤੋਂ, ਹਾਂ ਸਰ ਮੈਨੇ ਏਜੰਸੀ ਖੋਲੀ ਹੋਈ ਹੈ, ਲੋਕੋ ਕਾ ਜਿਨਕਾ ਪੈਸਾ ਵੈਸਾ ਲੋਕ ਖਾ ਜਾਤੇ ਨਾ, ਫਸ ਜਾਤਾ ਹੈ, ਉਹ ਲੋਕ ਮੇਰੇ ਪਾਸ ਆਤੇ ਔਰ ਮੈਂ ਉਨਕੋ ਪੈਸਾ ਦਿਲਾ ਦੇਤੀ ਹੂੰ। ਕੈਸੇ ਦਿਲਾਤੀ ਹੂੰ ਸਰ? ਗੰਦੀ ਗੰਦੀ ਗਾਲੀਆਂ ਦੇ ਕਰ ਗੁੰਡਾਗਰਦੀ ਬਦਮਾਸ਼ੀ ਕੇ ਜ਼ੋਰ ਪੇ ਦਿਲਾ ਦੇਤੀ ਹੂੰ ਸਰ। ਹਾਂਜੀ ਸਰ, ਵੋ ਫਿਰ ਕਮਿਸ਼ਨ ਤੋਂ ਹੋਤਾ ਹੈ ਸਰ, ਹਮ ਬੀਚ ਮੇਂ ਸੇ ਕਮਿਸ਼ਨ ਵੀ ਖਾਤੇ ਹੈ, ਆਪਕੋ ਪਤਾ ਹੈ ਬਦਮਾਸ਼ੀ ਕਾ ਜ਼ਮਾਨਾ ਹੈ ਔਰ ਪੰਜਾਬ ਮੇਂ ਤੋ ਵੈਸੇ ਵੀ ਸਰ ਆਪਕੋ ਪਤਾ ਹੈ ਕੌਣ ਪੁੱਛਤਾ ਹੈ ਸਰ। ਅੱਛਾ ਬਿਜ਼ਨਸ ਹੈ ਸਰ, ਫ੍ਰੀ ਮੇਂ ਪੈਸਾ ਵੀ ਬਣ ਜਾਤਾ ਹੈ, ਆਪ ਵੀ ਥੋੜ੍ਹਾ ਬਹੁਤ ਰਿਸ਼ਵਤ ਚਾਹੀਏ ਤੋ ਬਾਤ ਕੀਜੀਏ। ਹਾਂਜੀ ਹਾਂਜੀ ਓਕੇ ਸਰ, ਠੀਕ ਹੈ। ਹਾਂ ਹਾਂ ਹਾਂ, ਆਪ ਬੋਲੋਗੇ ਮੈਂ ਆਪਕੋ ਵੀ ਕਮਿਸ਼ਨ ਭੇਜ ਦੂੰਗੀ। ਹਾਂ ਹਾਂ, ਸਮਝ ਆਇਆ ਕੁਛ? ਨਹੀਂ, ਰਿਪੀਟ ਕਰਕੇ ਫਿਰ ਦੇਖਿਓ। ਟੋਰਾਂਟੋ ਪੁਲਿਸ? ਯਾ ਓ ਨੋ ਸਰ, ਨੋ ਨੋ, ਓਕੇ ਓ ਯਾ ਓ ਓਕੇ ਸਰ, ਆਈ ਐਮ ਸੋਰੀ, ਆਈ ਅਪੋਲੋਜਾਈਜ਼, ਓਕੇ।
ਟਰਨ ਪ੍ਰਪੋਲਸ ਵਾਲੇ ਕਹਿੰਦੇ ਤੂੰ ਕੋਈ ਏਜੰਸੀ ਖੋਲੀ ਹੈ ਵੀ ਲੋਕਾਂ ਦੇ ਫਸੇ ਹੋਏ ਪੈਸੇ ਦਵਾਨੀ ਹੈ ਤੇ ਨਾਲੇ ਤੂੰ ਕਮਿਸ਼ਨ ਖਾਨੀ ਹੈ, ਤੈਨੂੰ ਪਤਾ ਨਹੀਂ ਵੀ ਦਿਸ ਇਜ਼ ਅ ਕੈਨੇਡਾ, ਇਸ ਕੈਨੇਡਾ ਦੇ ਵਿੱਚ ਤੁਹਾਨੂੰ ਕੋਈ ਰਾਈਟ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਧਮਕੀਆਂ ਦਿਓ, ਕਿਸੇ ਦੇ ਘਰ ਜਾ ਕੇ ਧਰਨੇ ਲਾਓ, ਕਿਸੇ ਨੂੰ ਫੋਨ ਕਰਕੇ ਮਾਂ ਭੈਣ ਦੀਆਂ ਗਾਲਾਂ ਕੱਢੋ ਤੇ ਕੋਏ ਤੂੰ ਫਲਾਨੇ ਬੰਦੇ ਦਾ 5 ਲੱਖ ਦਾ ਸੀ ਕੱਢ, ਨਾਲੇ ਪਲੱਸ ਮੇਰਾ ਕਮਿਸ਼ਨ ਕੱਢ, ਗੁੱਡ ਬਿਜ਼ਨਸ। ਸੋ ਕੈਨੇਡਾ ਦੇ ਵਿੱਚ, ਅਮੈਰੀਕਾ ਵਿੱਚ, ਇੰਗਲੈਂਡ 'ਚ ਇੱਦਾਂ ਬਿਲਕੁਲ ਨਹੀਂ ਹੁੰਦਾ। ਇਹ ਕਿੱਥੇ ਹੁੰਦਾ? ਇਟਸ ਹੈਪਨ ਓਨਲੀ ਇਨ ਇੰਡੀਆ। ਸੋ ਗੱਲ ਕਰਾਂਗੇ ਪਾਨੀ ਸਿੱਧੂ ਦੀ। ਸੋ ਗੱਲ ਕਰ ਰਹੇ ਆਪਾਂ ਪਾਨਾ ਸਿੱਧੂ, ਜਿਹੜਾ ਕਿ ਹਰਿਆਣਾ ਪੁਲਿਸ ਦੇ ਥਰੂ ਗ੍ਰਿਫਤਾਰ ਹੋ ਚੁੱਕਿਆ। ਕਿਉਂ ਹੋ ਚੁੱਕਿਆ? ਕਿਸੇ ਲੇਡੀ ਤੋਂ 10,000 ਦੀ ਉਹਨੇ ਡਿਮਾਂਡ ਕੀਤੀ ਸੀ, ਉਸ ਲੇਡੀ ਨੇ ਉਹਦੀ ਰਿਕਾਰਡਿੰਗ ਕਰ ਲਈ ਆਵਾਜ਼ ਦੀ। ਪੁਲਿਸ ਇੰਨੀ ਪਾਗਲ ਨਹੀਂ ਹੈ ਵੀ ਕਿਸੇ ਨੂੰ ਜਾ ਕੇ ਉੱਧਰ ਅਰੈਸਟ ਕਰ ਲੂਗੀ, ਪਰੂਫ ਹੁੰਦਾ ਤਾਂ ਪੁਲਿਸ ਅਰੈਸਟ ਕਰਦੀ ਹੈ। ਕੌਣ ਹੈ ਪਾਨਾ ਸਿੱਧੂ? ਕੀ ਪੋਸਟ ਹੈ ਇਹਦੀ ਪੰਜਾਬ ਦੇ ਵਿੱਚ? ਕੀ ਐਜੂਕੇਸ਼ਨ ਹੈ ਇਹਦੀ? ਇੱਕ ਕਲੈਕਟਰ, ਕਮਿਸ਼ਨਰ, ਡੀਜੀਪੀ, ਐਸਐਸਪੀ, ਪੰਜਾਬ ਦਾ ਸੀਐਮ, ਇੰਡੀਆ ਦਾ ਪੀਐਮ, ਐਮਐਲਏ, ਐਮਪੀ, ਕਿਹੜੀ ਪੋਸਟ ਹੈ ਇਹਦੇ ਕੋਲ? ਇਹਨੇ ਐਸਾ ਕਿਹੜਾ ਕਿੱਤਾ ਕਰਕੇ ਲਾਇਸੈਂਸ ਲੈ ਕੇ ਕੋਈ ਐਸੀ ਦੁਕਾਨ ਕਾਰੋਬਾਰ ਖੋਲਿਆ ਵੀ ਜਿਹਦੇ ਵਿੱਚ ਲੋਕ, ਦੁਖੀ ਲੋਕ ਕਹਿੰਦੇ ਸਾਡੇ ਫਲਾਨੇ ਬੁੱਧੇ ਨੇ ਪੈਸੇ ਮਾਰ ਲਏ, ਸਾਡੇ ਪਾਨਾ ਸਿੱਧੂ ਸਾਡੇ ਪੈਸੇ ਦਵਾ ਦੇ? ਇਹ ਪਾਨੇ ਸਿੱਧੂ ਕੋਲ ਰਾਈਟ ਕਿੱਥੋਂ ਆਇਆ ਕਿ ਲੋਕਾਂ ਦਾ ਇਹ ਅੱਗੇ ਲੱਗ ਕੇ ਲੋਕਾਂ ਦੇ ਪੈਸੇ ਦਵਾਇਆ ਕਰੂਗਾ, ਪਲੱਸ ਕਮਿਸ਼ਨ ਵੀ ਖਾਇਆ ਕਰੂਗਾ? ਦੇਖੋ, ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਫ੍ਰੀ ਵਿੱਚ ਕੰਮ ਨਹੀਂ ਕਰਦਾ, ਜਦੋਂ ਕਰਦਾ ਤਾਂ ਉਹਦਾ ਕਾਰੋਬਾਰ ਨਹੀਂ ਚੱਲਦਾ। ਪਾਨਾ ਸਿੱਧੂ ਜੌਬ ਕੀ ਕਰਦਾ, ਕਦੀ ਸੋਚਿਆ ਕਿ ਉਹਦਾ ਪਰਿਵਾਰ ਰੋਟੀ ਕਿਵੇਂ ਖਾਂਦਾ ਹੋਏਗਾ? ਉਹ ਕੀ ਜੌਬ ਕਰਦਾ, ਕਿਹੜੀ ਦਸਾਂ ਨੋਹਾਂ ਦੀ ਕਿਰਤ ਕਰਦਾ ਜਿਹਦੇ ਨਾਲ ਉਹਦੇ ਪਰਿਵਾਰ ਰੋਟੀ ਖਾ ਰਿਹਾ? ਦੱਸੋ ਮੈਨੂੰ, ਕਿਹੜੀ ਜੌਬ ਤੇ ਜਾਂਦਾ ਉਹਦੇ ਲਈ, ਪਤਾ ਕਿਸੇ ਨੂੰ? ਇੱਕ ਮਿੰਟ, ਉਹ ਜੌਬ ਕਰਦਾ ਗੁੰਡਾਗਰਦੀ ਤੇ ਬਦਮਾਸ਼ੀ ਦੀ, ਤੁਹਾਡੇ ਵਰਗੇ ਸਿੱਧਰੇ ਲੋਕ। ਹਾਂਜੀ, ਮੇਰਾ ਉੱਥੇ 4 ਲੱਖ ਫਸਿਆ, ਮੈਂ ਪਾਨੇ ਸਿੱਧੂ ਨੂੰ ਕਹਿੰਦਾ ਪਾਨਾ ਸਿੱਧੂ ਨਾ ਬਦਮਾਸ਼ੀ ਕਰਕੇ ਫੋਨ ਕਰਕੇ ਗਾਲਾਂ ਕੱਢ ਕੇ ਪੈਸੇ ਦਵਾ ਦੂਗਾ। ਤੁਹਾਨੂੰ ਕੀ ਲੱਗਦਾ, ਤੁਹਾਨੂੰ 4 ਲੱਖ ਪੂਰਾ ਮਿਲੇਗਾ? ਅਗਲੇ ਨੇ ਕਮਿਸ਼ਨ ਨਹੀਂ ਖਾਣਾ, ਵਿੱਚੋਂ ਲੈਣੇ ਨਹੀਂ ਪੈਸੇ। ਚਲੋ, ਔਰ ਇੱਦਾਂ ਜੇ ਕੋਈ ਸੜਕੀ ਬੰਦਾ ਮੇਰੇ ਵਰਗਾ ਸਾਹਮਣੇ ਟੱਕਰ ਜੇ, ਕਹੇ ਵੀ ਅੱਛਾ ਫੋਨ ਤੇ ਧਮਕੀ ਦਿੰਦਾ, ਆ ਕਾ ਕੇ ਤੈਨੂੰ ਮੈਂ ਦੱਸਦੀ ਹਾਂ। ਕਿਸੇ ਦਾ ਪੈਸਾ ਫਸਿਆ, ਅਗਰ ਤੁਹਾਡੇ ਕੋਲ ਉਸ ਪੈਸੇ ਦਾ ਕੋਈ ਪਰੂਫ ਨਹੀਂ ਹੈ ਨਾ ਕਿ ਤੁਸੀਂ ਉਸ ਬੰਦੇ ਨੂੰ ਬੈਂਕ ਦੇ ਰਾਹੀਂ, ਚੈੱਕ ਦੇ ਰਾਹੀਂ ਕੋਈ ਪੈਸਾ ਦਿੱਤਾ ਹੈ, ਕੋਈ ਸਬੂਤ ਨਹੀਂ, ਤਾਂ ਕੋਰਟ ਵੀ, ਜੱਜ ਦਾ ਪਿਓ ਵੀ ਤੁਹਾਨੂੰ ਪੈਸਾ ਨਹੀਂ ਦਵਾ ਸਕਦਾ। ਯੂ ਨੋ ਦੈਟ। ਅਗਰ ਸਾਹਮਣੇ ਵਾਲੇ ਬੰਦੇ ਦੇ ਮਨ 'ਚ ਕੋਈ ਇਨਸਾਨੀਅਤ ਤਰਸ ਹੈ ਤਾਂ ਹੀ ਦੇਗਾ ਵਾਪਸ। ਮਾਇਆ ਐਸੀ ਚੀਜ਼ ਇੱਕ ਵਾਰ ਕੋਈ ਲੈ ਲਏ ਵਾਪਸ ਨਹੀਂ ਕਰਦਾ, ਇਹ ਵੀ ਸੱਚ ਹੈ। ਔਰ ਦੂਸਰੀ ਗੱਲ, ਅਗਰ ਤੁਹਾਡੇ ਕੋਲ ਕੋਈ ਲੀਗਲ ਪਰੂਫ ਆ, ਕਿਸੇ ਦਾ ਤੁਸੀਂ ਚੈੱਕ ਲਿੱਤਾ ਸੀ, ਉਹ ਬਾਊਂਸ ਹੋ ਗਿਆ, ਕੋਰਟ ਕਾਹਦੇ ਵਾਸਤੇ ਬਣੀ ਹੈ? ਕਾਨੂੰਨ ਨਾਮ ਦੀ ਇੱਕ ਚੀਜ਼ ਆ ਹਿੰਦੁਸਤਾਨ 'ਚ, ਉਹ ਕਾਹਦੇ ਵਾਸਤੇ ਆ ਕਾਨੂੰਨ? ਤਾਂ ਕਿ ਹਰ ਇੱਕ ਜਣਾ ਕੜਾ ਬੰਦਾ, ਗੁੰਡਾ, ਬਦਮਾਸ਼ ਉੱਠ ਕੇ ਆਪਣੇ ਆਪ ਨੂੰ ਫੰਨੇ ਖਾਸ ਸਮਝ ਕੇ ਇੱਦਾਂ ਦੇ ਕੰਮ ਨਾ ਕਰਨ ਲੱਗ ਜੇ, ਕਾਨੂੰਨ ਨੂੰ ਹੱਥਾਂ 'ਚ ਨਾ ਲਓ। ਮੈਂ ਇਹ ਗੱਲ ਬਹੁਤ ਪਹਿਲਾਂ ਵੀ ਆਖੀ ਸੀ ਵੀ ਕਾਨੂੰਨ ਨੂੰ ਹੱਥਾਂ ਵਿੱਚ ਨਾ ਲਓ, ਪਰ ਸ਼ਾਇਦ ਮੇਰੀ ਗੱਲ ਕਿਸੇ ਨੇ ਸੁਣੀ ਨਹੀਂ। ਉਦੋਂ ਵੀ ਪਾਨਾ ਸਿੱਧੂ ਨੇ ਇੱਕ ਨਵਾਂ ਬਿਜ਼ਨਸ ਸ਼ੁਰੂ ਕੀਤਾ ਸੀ ਪੰਜਾਬ 'ਚ ਵੀ ਜਿਹੜੇ ਲੋਕਾਂ ਦੇ ਪੈਸੇ ਫਸੇ ਉਹ ਮੇਰੇ ਕੋਲ ਆਓ, ਮੈਨੂੰ ਮਿਲੋ, ਪੈਸੇ ਕਢਾ ਦਿਆ ਕਰੂੰਗਾ, ਪਰ ਨਾਲ ਕਮਿਸ਼ਨ ਵੀ ਲਿਆ ਕਰੂੰਗਾ ਦੱਬ ਕੇ, ਕਿਉਂਕਿ ਮੇਰੇ ਘਰ ਦੀ ਰੋਟੀ ਪਾਣੀ ਤਾਂ ਫਿਰ ਇੱਦਾਂ ਹੀ ਚੱਲਣੀ ਹੈ, ਔਰ ਮੈਂ ਪੈਸੇ ਕਢਾ ਦਿਆ ਕਰੂੰਗਾ ਗੁੰਡਾਗਰਦੀ ਬਦਮਾਸ਼ੀ ਅਤੇ ਪਲੱਸ ਨਾਲ ਕਮਿਸ਼ਨ ਨਾਲ।
ਸੋ ਇਹ ਤਾਂ ਹੋ ਗਈ ਗੁੰਡਾਗਰਦੀ ਬਦਮਾਸ਼ੀ ਪੰਜਾਬ ਦੇ ਵਿੱਚ, ਠੀਕ ਹੈ। ਹੁਣ ਇਹ ਦੱਸੋ ਪੰਜਾਬ ਸਰਕਾਰ ਜਾਂ ਹਰਿਆਣੇ ਸਰਕਾਰ ਇਹ ਬਰਦਾਸ਼ਤ ਕਰੂਗੀ ਇੰਨੀ ਗੁੰਡਾਗਰਦੀ ਬਦਮਾਸ਼ੀ? ਆਮ ਜਨਤਾ ਦਾ ਤਾਂ ਰਹਿਣਾ ਮੁਹਾਰ ਹੋ ਜਾਊਗਾ ਪੰਜਾਬ ਵਿੱਚ, ਆਮ ਜਨਤਾ ਕਿਵੇਂ ਰਹੂਗੀ ਹਿੰਦੁਸਤਾਨ ਵਿੱਚ? ਏਦਾਂ ਅਟਕਲ ਦੇ ਟੁੱਚੇ ਦੇ ਗੁੰਡੇ ਅੱਗੇ ਆ ਜਾਣ, ਹੁਣ ਲੱਖਾਂ ਸਧਾਰਨਾਂ ਦੇ ਹੱਕ 'ਚ ਆ ਗਿਆ, ਆਹ ਕਰ ਦਾਂਗਾ ਉਹ ਕਰ ਦਾਂਗਾ, 10 ਹਜ਼ਾਰ ਹੀ ਲੈਣਾ ਸੀ ਉਹਨੇ, ਉਹਨੇ 10 ਹੀ ਲੈਣਾ ਸੀ, ਉਹਨੂੰ ਫਸਾਇਆ ਜਾ ਰਿਹਾ। ਲੱਖਾਂ ਸਧਾਰਨਾ ਕੌਣ ਆ? ਮੈਂ ਅੱਗੇ ਵੀ ਕਿਹਾ ਸੀ ਪ੍ਰਾਈਮ ਮਿਨਿਸਟਰ MP MLA ਨੇ ਕੀ ਕੀਤਾ ਕੀ ਕੀਤਾ, ਕੀ ਜਵਾਬ ਕੀ ਕਰਦਾ ਲੱਖਾਂ ਸਧਾਰਨਾ? ਪਿਛੋਕੜ ਕੀ ਆ ਇਹਦਾ? ਪਾਸਟ ਲਾਈਫ ਕੀ ਆ? ਭਾਨਾ ਸਿੱਧੂ ਦੀ ਪਾਸਟ ਲਾਈਫ ਕੀ ਆ? ਸੋ ਇਹ ਹੈ ਪੰਜਾਬ ਦੇ ਨਵੇਂ ਨਵੇਂ ਉੱਠੇ ਤਾਜ਼ੇ ਫਰੈਸ਼ ਗੁੰਡੇ ਮਵਾਲੀ। ਇਹ ਗੁੰਡੇ ਮਵਾਲੀ ਕਹਿੰਦੇ ਆ ਵੀ ਪੋਲਿਟਿਕਸ ਵਿੱਚ ਇਤਿਹਾਸ ਗਵਾਹ ਹੈ ਕਿ ਪੋਲਿਟਿਕਸ ਵਿੱਚ ਆਲਮੋਸਟ ਪਹਿਲੇ ਗੁੰਡੇ ਮਵਾਲੀ ਆਉਂਦੇ ਹੁੰਦੇ ਸੀ, ਵੀ ਅਸੀਂ ਏਦਾਂ ਏਦਾਂ ਕਰਕੇ ਹੌਲੀ ਹੌਲੀ ਜਨਤਾ ਨੂੰ ਕੰਟਰੋਲ ਕਰਾਂਗੇ, ਅਸੀਂ ਜਨਤਾ ਨੂੰ ਆਪਣੇ ਵੱਲ ਅਟਰੈਕਟ ਕਰਾਂਗੇ, ਫਿਰ ਅਸੀਂ ਗਾਂ ਕਿਸੇ ਇਲੈਕਸ਼ਨ 'ਚ ਖੜ ਕੇ ਜਦੋਂ ਕੁਛ ਬਣ ਗਏ ਫਿਰ ਹੀ ਜਨਤਾ ਦੀ ਮਾਂ ਦੀ ਭੈਣ ਦੀ ABCD ਕਰਾਂਗੇ। ਕਿਉਂ? ਪਾਵਰ ਆਜੂਗੀ। ਕੌਣ ਬਣਾਉਂਦਾ ਹੈ ਗੁੰਡਿਆਂ ਨੂੰ? ਕੌਣ ਪੈਦਾ ਕਰਦਾ ਹੈ? ਅਸੀਂ, ਤੁਸੀਂ, ਅਸੀਂ ਸਾਰੇ। ਜਦੋਂ ਪੁਲਿਸ ਸਟੇਸ਼ਨਸ ਨੇ, ਕੋਰਟ ਕਚਹਿਰੀਆਂ ਹੈ, ਪਹਿਲੀ ਗੱਲ ਪੈਸਾ ਫਸਦਾ ਕਿਉਂ ਹੈ ਤੁਹਾਡਾ? ਜਦੋਂ ਤੁਸੀਂ ਬਿਨਾਂ ਸਬੂਤ ਤੋਂ ਕਿਸੇ ਨੂੰ ਪੈਸਾ ਦਿੰਦੇ ਹੋ, ਜਦੋਂ ਲੋਕਾਂ ਨੂੰ ਬਾਹਰ ਜਾਣ ਦੀ ਅੱਗ ਲੱਗਦੀ ਏਜੰਡਾ ਦੇ ਥਰੂ ਪੈਸਾ ਭਰਦੇ ਹੋ, 2 ਨੰਬਰ ਦਾ ਦਿੰਦੇ ਹੋ ਮਨੀ, ਅਗਲੇ ਕਹਿੰਦੇ 2 ਨੰਬਰ ਟੇਬਲ ਦੇ ਥੱਲੇ ਦਿਓ, ਕੋਈ ਪਰੂਫ ਨਹੀਂ ਹੋਣਾ ਚਾਹੀਦਾ, ਉਦੋਂ ਤੁਹਾਡੇ ਇੱਥੇ ਪਰਦਾ ਪਿਆ ਹੁੰਦਾ ਦਿਮਾਗ ਨੂੰ, ਪਤਾ ਨਹੀਂ ਹੁੰਦਾ ਵੀ ਇੰਨਾ ਪੈਸਾ ਦੇ ਰਹੇ ਹੋ, ਉਹਦਾ ਸਬੂਤ ਵੀ ਰੱਖਣਾ ਚਾਹੀਦਾ ਕੋਈ, ਕਿ ਕੱਲ ਨੂੰ ਜੇ ਪੈਸਾ ਕੋਈ ਗੱਲ ਨਾ ਬਣੀ ਕੋਰਟ ਰਾਹੀਂ ਅਸੀਂ ਪੈਸਾ ਲੈ ਸਕੀਏ। ਤੋ ਬੇਵਕੂਫੀ ਕੌਣ ਕਰਦੀ ਹੈ? ਜਨਤਾ ਬਾਹਰ ਦੇ ਲਾਲਚ ਵਿੱਚ ਜਾਂ ਕਿਸੇ ਨੂੰ ਉਦਾਂ ਉਧਾਰ ਦਿੱਤਾ, ਲੇਖਾ ਪੜ੍ਹੀ ਨਹੀਂ ਕੀਤੀ, ਇਹ ਗਲਤ ਹੈ। ਤੁਸੀਂ ਸਾਰੇ ਐਜੂਕੇਟਡ ਕਦੋਂ ਹੋਵੋਗੇ? ਤੁਸੀਂ ਕਦੋਂ ਸਿੱਖੋਗੇ ਚੀਜ਼ਾਂ ਨੂੰ ਕਿ ਬਿਨਾਂ ਸਬੂਤ ਤੋਂ ਕੋਰਟ ਵੀ ਤੁਹਾਨੂੰ ਕੋਈ ਪੈਸਾ ਲੈ ਕੇ ਨਹੀਂ ਦੇ ਸਕਦੇ, ਤੇ ਗੁੰਡੇ ਮਵਾਲੀਆਂ ਦੀ ਕੀ ਔਕਾਤ ਹੈ? ਸੋ ਭਾਨਾ ਸਿੱਧੂ ਨੂੰ ਜੇ ਅਰੈਸਟ ਕੀਤਾ ਹਰਿਆਣਾ ਪੁਲਿਸ ਨੇ, ਬਹੁਤ ਅੱਛਾ ਕੰਮ ਕੀਤਾ ਹੈ, ਵੈਲ ਡਨ, ਗੁੱਡ ਜੋਬ। ਕਿਉਂਕਿ ਦੇਖੋ, ਨਾ ਭਾਨਾ ਸਿੱਧੂ ਨਾ ਮੇਰੀ ਕੋਈ ਦੁਸ਼ਮਣੀ ਆ, ਨਾ ਮੇਰੇ ਕੋਈ ਲੱਖੇ ਸੰਧਾੜੀ ਨਾਲ, ਪਰ ਇਹ ਲੋਕ ਕਾਨੂੰਨ ਨੂੰ ਹੱਥ 'ਚ ਲੈ ਕੇ ਕਾਨੂੰਨ ਦਾ ਉਲੰਘਣਾ ਕਰ ਰਹੇ ਆ। ਜੇ ਤੁਸੀਂ ਕਾਨੂੰਨ ਦੀ ਉਲੰਘਣਾ 'ਚ ਇੰਡੀਆ 'ਚ, ਅਮੈਰੀਕਾ, ਕੈਨੇਡਾ, ਇੰਗਲੈਂਡ, ਪੂਰੇ ਵਰਲਡ 'ਚ ਕਿਤੇ ਵੀ ਆ, ਤੇ ਤੁਹਾਡੇ ਨੂੰ ਚਾਰਜਿਸ ਲੱਗਣਗੀਆਂ। ਕਾਨੂੰਨ ਨਾਮ ਦੀ ਇੱਕ ਚੀਜ਼ ਹੈ ਬਈ, ਚਾਰਜਿਸ ਲੱਗਣਗੇ ਤੁਹਾਨੂੰ, ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ। ਬੜੇ ਲੋਕ ਆ ਜੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੇਰੇ ਵਰਗੇ ਲੋਕ ਕੰਮ ਕਰਦੇ ਆ, ਤਾਂ ਤੁਸੀਂ ਤਾਂ ਕਹਿੰਦੇ ਹੋ ਵੀ ਜੋ ਅਸੀਂ ਗੁੰਡੇ ਬਦਮਾਸ਼ੀ ਪਹਿਲੇ ਕਿਤੇ ਸੀ, ਗੁੰਡਾ ਬਦਮਾਸ਼ੀ ਅਸੀਂ ਹੁਣ ਕਿਤੇ ਹੈ। ਨਾ 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 ਨਾ, ਜਨਤਾ ਜਾਗ ਗਈ ਹੈ, ਹੁਣ ਜਨਤਾ ਜਾਗ ਗਈ ਹੈ। ਹੁਣ ਜਨਤਾ ਕਹਿੰਦੇ ਵੀ ਅਸੀਂ ਨਾ ਤਾਂ ਕਿਸੇ ਦੀਆਂ ਗਾਲਾਂ ਸੁਣਨੀਆਂ, ਨਾ ਸਾਨੂੰ ਫੋਨਾਂ 'ਤੇ ਕੋਈ ਧਮਕੀਆਂ ਦੇਵੇ, ਅਤੇ ਨਾ ਸਾਨੂੰ ਕੋਈ ਪਰੇਸ਼ਾਨ ਕਰੇ। ਇੱਕ ਔਰਤ, ਔਰਤ ਨੂੰ ਹਮੇਸ਼ਾ ਕਮਜ਼ੋਰ ਸਮਝਿਆ ਜਾਂਦਾ ਹੈ, ਪਰ ਦੇਖੋ ਇੱਕ ਔਰਤ ਨੇ ਰਿਕਾਰਡਿੰਗ ਕਰਕੇ ਬੰਦਾ ਫਸਾ ਸੁੱਟਿਆ। ਇਹ ਯਾਦ ਰੱਖਿਓ, ਰਾਜੇ ਮਹਾਰਾਜਿਆਂ ਦੇ ਟਾਈਮ ਤੋਂ ਜਦੋਂ ਕਿਸੇ ਰਾਜੇ ਦਾ ਵਿਨਾਸ਼ ਕਰਨਾ ਹੁੰਦਾ ਸੀ ਨਾ, ਇੱਕ ਵਿਸ਼ ਕੰਨਿਆ ਤਿਆਰ ਕੀਤੀ ਜਾਂਦੀ ਸੀ ਵੀ ਊਂ ਰਾਜੇ ਤੋਂ ਜੰਗ ਨਹੀਂ ਜਿੱਤ ਸਕਦੇ, ਕੰਨਿਆ ਭੇਜ ਦਿਓ, ਕੰਨੇ ਨੂੰ ਡੰਗ ਲੂਗੀ ਤੇ ਮਰ ਜੂਗਾ, ਅਸੀਂ ਰਾਜਿਆ ਖੋਲਾਂਗੇ। ਔਰਤ ਨਾਲ ਭਿੜ ਕੇ ਬੰਦਾ ਕਦੇ ਨਹੀਂ ਜਿੱਤ ਸਕਦਾ, ਗੱਲ ਯਾਦ ਰੱਖਿਓ ਮੇਰੀ। ਜਿਹੜੀ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ ਨਾ, ਉਹ ਤੁਹਾਡੀਆਂ ਜੜਾਂ ਵੀ ਹਿਲਾ ਸਕਦੀ ਆ। ਜੈ ਭਾਰਤ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।